पिंड चूसले वाटर फर्मा कंपनी के गोदाम चो ट्रक यूनियन ने प्रशासन खिलाफ की जम के नारेबाजी से लगाया धरना। इस मौके ते पत्रकारां नाल गलबात करदिआं ट्रक ड्राइवरां ने दस्सिआ कि सोमा कंपनी चों कई कई दिन माल दे लद्दे साडे ट्रक खाली नहीं कीते जांदे जिस नाल सानूं भारी दिक्कतां दा सामना करना पैंदा। इस मौके उन्हां की कहा तुसीं आप सुनो। ਸਿੰਘ ਜੀ ਸਭਰਾ ਜੀ ਕੀ ਗੱਲ ਹੋਈ ਆੜਾ ਧਰਨਾ ਦਿੱਤਾ ਇਹਦਾ ਧਰਨਾ ਜੀ ਅੱਜ ਦੀ 5 ਦਿਨ ਹੋ ਗਏ ਮੱਛਰ ਲੜਾਉਣ ਡਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਧੱਕੇ ਨਾ ਆਉਂਦੀਆਂ ਗੱਡੀਆਂ ਅੰਦਰ ਵਾੜੀ ਜਾਂਦੇ ਆ ਕੋਈ ਆਂਦਾ ਮੇਰਾ ਮੰਤਰੀ ਆ ਕੋਈ ਆਂਦਾ ਮੇਰਾ ਮੰਤਰੀ ਹੈਗੇ ਆ ਅਸੀਂ 5 ਦਿਨ ਹੋ ਗਏ ਮੱਛਰ ਲੜਾਉਣ ਡਏ ਸਾਡੀ ਹਲੇ ਤੱਕ ਕਿਸੇ ਨੇ ਸੁਣਾਈ ਨਹੀਂ ਸੁਣੀ ਨਾ ਸਾਡੀ ਕਿਸੇ ਮੰਤਰੀ ਨਾ ਕਿਸੇ ਪ੍ਰਦਰਸ਼ਨ ਕਿਸੇ ਨੇ ਸਾਡੀ ਨਹੀਂ ਸੁਣ ਰਿਹਾ ਟਰੱਕ ਜੂਨੀ ਵਾਲਿਆਂ ਨੇ ਹਾਰ ਕੇ ਐਂਡ 'ਤੇ ਆਣ ਕੇ ਅਸੀਂ ਧਰਨਾ ਲਾ ਦਿੱਤਾ ਵਾ ਵੀ ਕਿੰਨੇ ਚਿਰ ਸਾਡੀ ਸੁਣਾਈ ਨਹੀਂ ਹੁੰਦੀ ਉਨੇ ਚਿਰ ਅਸੀਂ ਕੋਈ ਗੱਡੀ ਖਾਲੀ ਕਰਨ ਨਹੀਂ ਦੇਣੀ ਸਾਡੀਆਂ ਲੈਣ ਸਿਰ 'ਤੇ ਗੱਡੀਆਂ ਹੁਣ ਅਸੀਂ ਖਾਲੀ ਕਰੀਏ ਲੋਕ 4-4 ਦਿਨ ਹੋ ਗਏ ਗੱਡੀਆਂ ਖਾਲੀ ਕਰਕੇ ਚਲੇ ਗਿਆ ਕੋਈ ਦੂਜੇ ਦਿਨ ਖਾਲੀ ਕਰ ਗਿਆ ਕੋਈ ਰੋਜ਼ ਖਾਲੀ ਕਰਕੇ ਜਾਂਦਾ ਅਸੀਂ 5-5 ਦਿਨ ਹੋ ਗਏ ਲੈਣ ਦੇ ਵਿੱਚ ਖਲੋਤੇ ਭੁੱਖੇ 'ਤੇ ਆਏ ਕੋਈ ਸਾਡਾ ਨਾ ਮੰਤਰੀ ਸੁਣ ਡਿਆ ਨਾ ਸਾਡੀ ਕੋਈ ਪੁਲਿਸ ਵਾਲਾ ਕੋਈ ਸੁਣ ਡਿਆ ਕੋਈ ਨਹੀਂ ਸੁਣਦਾ ਇੱਥੇ ਧੱਕੇ ਸਾਹੀ ਇੰਨੀ ਚੱਲਣ ਰਹੀ ਹੁੰਦੀ ਆ ਸੋਮਾਂ ਦੇ ਵਿੱਚ ਗੱਲ ਹੀ ਪਰੇ ਕੋਈ ਨਹੀਂ ਜੀ ਅੰਦਰ ਜਾਈਦਾ ਜੇ ਧੱਕੇ ਨਾਲ ਗੱਡੀ ਸਾਡੀ ਵਰਦੀ ਆ ਦਿੰਦੇ ਤੇਰੀ ਬੋਰੀ ਟੇਢੀ ਆ ਸਿੱਧੀ ਕਰਕੇ ਲਿਆ ਬੋਰੀ ਅਤੇ ਦੱਸ ਅਸੀਂ ਕਿਹੜੇ ਦਾਸ ਦੇ ਜਾਈਏ ਡਰਾਈਵਰ ਬੋਰੀਆਂ ਸਿੱਧੀਆਂ ਕਰਕੇ ਲਿਆਵੇ ਲੇਬਲ ਕਰਕੇ ਲਿਆਊਗਾ ਅਤੇ ਇਸ ਤਰ੍ਹਾਂ ਕਰਿਆ ਕਰੂਗਾ ਨਹੀਂ ਤਾਂ ਸਾਨੂੰ ਇੰਨੇ ਪੈਸੇ ਲੱਗਣੇ 2,000 ਰੁਪਇਆ ਲੱਗੂਗਾ ਕੋਈ ਆਂਦਾ 2,500 ਲੱਗੋ ਬੋਰੀਆਂ ਸਿੱਧੀਆਂ ਕਰਾ ਕੇ ਨਹੀਂ ਤਾਂ ਨਹੀਂ ਅਸੀਂ ਖਾਲੀ ਕਰਨੀ ਗੱਡੀ ਕੀ ਮੰਗ ਕੀ ਤੁਹਾਡੀ ਹੁਣ ਸਾਡੀ ਮੰਗ ਆਈ ਆ ਸਾਡਾ ਫੈਸਲਾ ਹੋਵੇ ਲੈਣ ਸਿਰ 'ਤੇ ਗੱਡੀਆਂ ਤੁਰੀਆਂ ਕਹਿਣ ਅਤੇ ਮਜ਼ੇ ਦੇ ਨਾਲ ਸਾਰੀਆਂ ਸਾਰੀ ਦੁਨੀਆ ਖਾਲੀ ਕਰੇ ਅਸੀਂ ਕਿਸੇ ਦੇ ਮਾੜਾ ਨਹੀਂ ਸੋਚਦੇ ਪਰ ਟਰੱਕ ਡਰਾਈਵਰ ਮਾੜਾ ਕਰਦੇ ਹਾਂ ਹਰ ਕਿਸੇ ਦਾ ਅਸੀਂ ਹਰ ਕਿਸੇ ਦਾ ਅੰਨਦਾਤਾ ਇਹਦਾ ਮਾਲ ਪਹੁੰਚਾਈਦਾ ਸਾਰੇ ਖਾਣ ਸੁੱਖ ਸਾਥ ਦੇ ਨਾਲ ਲੈਣ ਸਿਰ 'ਤੇ ਗੱਡੀਆਂ ਹੁਣ ਮਾਂ ਨਾਲ ਮਜ਼ੇ ਦੇ ਨਾਲ ਲਾਉਣ ਖਾਲੀ ਕਰਕੇ ਸਾਰੇ ਜਾਣੇ ਸਾਰੇ ਪਰਿਵਾਰਾਂ ਵਾਲੇ ਆ ਅਸੀਂ ਇਕੱਲੇ ਨਹੀਂ ਅਸੀਂ ਤਾਂ ਸਾਰੇ ਆਪਦੀਆਂ ਗੱਡੀਆਂ ਖਾਲੀ ਕਰਕੇ ਅਤੇ ਮਜ਼ੇ ਦੇ ਨਾਲ ਜਾਇਆ ਕੀ ਮੰਗ ਕਰਦੇ ਹੁਣ ਅਸੀਂ ਮੰਗ ਇਹੋ ਕਰਦੇ ਹਾਂ ਸਾਡਾ ਫੈਸਲਾ ਕੀਤਾ ਜਾਵੇ ਹੁਣ ਨੰਬਰਵਾਰ ਗੱਡੀਆਂ ਹੁਣ ਗੱਡੀਆਂ ਖਾਲੀ ਨਾ ਸਾਡਾ ਫੈਸਲਾ ਹੋਵੇ ਭਾਵੇਂ ਹਫ਼ਤਾ ਲੱਗ ਜਾਵੇ ਸਾਨੂੰ ਭਾਵੇਂ ਮਹੀਨਾ ਇੱਥੇ ਲੱਗ ਜਾਵੇ ਅਸੀਂ ਧਰਨਾ ਲਾ ਕੇ ਗੱਢ ਕੇ ਧਰਨਾ ਲਾਵਾਂਗੇ ਸਾਰੇ ਜਾਣੇ ਜੋ ਟਰੱਕ ਜੂਨੇ ਨੇ ਗਿੰਨੇ ਤੋਂ ਚਿਰ ਲੱਗੂਗਾ ਹੁਣ ਚਿਰ ਤਾਂ ਲਾਵਾਂਗੇ ਇੱਥੇ ਗੁੰਡਾਗਰਦੀ ਬੰਦ ਕੀਤੀ ਜਾਵੇ ਕੀ ਗੱਲ ਹੋਈ ਆ ਜਿਹੜਾ ਇੱਥੇ ਧਰਨਾ ਦਿੱਤਾ ਗਿਆ ਇੱਥੇ ਜੀ 5-5, 6-6 ਦਿਨ ਹੋ ਗਏ ਗੱਡੀਆਂ ਖਲੋਤੀਆਂ ਨੂੰ ਕੋਈ ਸਾਡੀ ਬਾਤ ਨਹੀਂ ਪੁੱਛ ਰਿਹਾ ਕਿਹੜੀ ਕੰਪਨੀ ਜਾ ਆ ਜਿਹੜਾ ਸੋਮੋ ਗਦਾਮਾਂ ਵਿੱਚ ਕਿੱਥੇ ਗਏ ਸੋਮੋ ਗਦਾਮ ਚੂਸਲੇਵਾੜ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਗੱਡੀਆਂ ਟੋਟਲ ਇੱਥੇ ਅਤੇ ਕੀ ਤੁਹਾਨੂੰ ਮੁਸ਼ਕਲ ਕੀ ਆ ਰਹੀ ਆ ਮੁਸ਼ਕਲ ਇਹ ਆ ਰਹੀ ਆ ਵੀ 300 ਦੇ ਗੱਡੀ ਲੱਗ ਪਾ ਗਿਆ ਜਿੱਦਣ ਸਹੀ ਸਲਾਮਤ ਵੜਦੀਆਂ ਉਦਣ ਵੜਦੀਆਂ ਮੈਂ ਕੋਲ ਖਲੋ ਖੁਦ ਖਲੋਤਾ ਰਹੀ ਨਾ ਪਰਸੋਂ ਵੀ ਹੋ ਗਈਆਂ ਕੱਲ੍ਹ ਦਾ ਫਿਰ ਨਹੀਂ ਇੱਥੇ ਆਇਆ ਅਤੇ ਅੱਜ ਫਿਰ ਆਇਆ ਅਤੇ ਇੱਥੇ ਫਿਰ ਉਹ ਹਾਲ ਦੇਖਿਆ ਮੈਂ ਬੰਦਾ ਜੀ ਕਿੰਨਾ ਕਿੰਨਾ ਦਿਨ ਉਹ ਚੱਲਿਆ ਤੁਹਾਨੂੰ ਇੱਥੇ ਇੱਥੇ ਕਈਆਂ ਨੂੰ 5-5 ਕਈਆਂ ਨੂੰ 6-6 ਦਿਨ ਹੋ ਗਏ ਇਹਨਾਂ ਨੇ ਹੋ ਗਏ 6-6 ਦਿਨ ਅਸੀਂ ਜਨਾਬ ਇਹ ਵੀ ਆ ਮੇਰੇ ਕੋਲ 2 ਟਰਾਲੇ ਜੇ 1-96-97 ਗੱਡੀ ਜੇ ਇੱਕ ਮੇਰੇ ਕੋਲ 93-82 ਜੇ ਪਿਛਲੀ ਵਾਰੀ ਮੇਰਾ ਐਕਸੀਡੈਂਟ ਹੋ ਗਿਆ ਗੱਡੀ ਮੇਰੀ ਭੱਜ ਗਈ ਉਹਦੇ ਵਿੱਚ ਵੀ ਮੈਨੂੰ 5 ਦੇ ਪੈਸੇ ਪੈ ਗਏ ਅਤੇ ਹੁਣ ਮੈਂ ਕੋਈ ਮੇਰਾ ਕਾਗਜ਼ ਕਲੀਅਰ ਸਾਰੇ ਜਾਣ ਡਿਆ ਅੱਜ ਸਾਨੂੰ ਸਰਕਾਰ ਦਾ ਕਣਕ ਢਾਉਣ ਦਾ ਵੇਲਾ ਅਤੇ ਸਾਨੂੰ ਟਾਈਮ ਨਹੀਂ ਮਿਲ ਰਿਹਾ ਆਮ ਜਿਹੜੀਆਂ ਗੱਡੀਆਂ ਉਹ ਲਾ ਕੇ ਚੱਕਰ ਰੋਜ਼ ਦੇ ਰੋਜ਼ ਜਾਣ ਡੀਆਂ ਕਿਉਂ ਜਾਣ ਡੀਆਂ ਜਿੱਥੇ ਕਿ ਸੋਨੂੰ ਮਿਲਿਆ ਇੱਥੇ ਧੱਕਾਸ਼ਾਹੀ ਵੀ ਹੋ ਰਹੀ ਹੈ ਧੱਕੇ ਨਾਲ ਟਰੱਕ ਧੱਕਾਸ਼ਾਹੀ ਇੱਥੇ ਮਤਲਬ ਕਿ ਕੋਈ ਰਾਤ ਨੂੰ ਲਾ ਕੇ ਗਿਆ ਅਗਲੀ ਰਾਤ ਨੂੰ ਆ ਕੇ ਫਿਰ ਗੇਟ ਗਾੜੀ ਹੁੰਦਾ ਕੀ ਮੰਗ ਕਰਦੇ ਜੀ ਹੁਣ ਪੰਜਾਬ ਮੰਗ ਅਸੀਂ ਇਹ ਆਪਣੇ ਭਗਵੰਤ ਮਾਨ ਸਿੰਘ ਅੱਗੇ ਕਰਦੇ ਹਾਂ ਵੀ ਸਾਨੂੰ ਇੱਥੇ ਕੋਈ ਇਨਸਾਫ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਜੇਕਰ ਤੁਹਾਨੂੰ ਗੱਡੀਆਂ ਨੰਬਰ ਵਾਈ ਖਾਲੀ ਹੋਣਾ ਇਹਨਾਂ ਦੀ ਕਣਕ ਟਿਕਾਣੇ ਲੱਗੇ ਤੇ ਗੱਡੀਆਂ ਦੀ ਜਾਨ ਛੁੱਟੇ ਤੇ ਸਭ ਦੀ ਛੁੱਟੇ ਜਿਸ ਤਰ੍ਹਾਂ ਕਿ ਜੇਕਰ ਤੁਹਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਕੀ ਕਰੋਗੇ ਤੁਸੀਂ ਗੱਡੀਆਂ ਨਾ ਮੰਗੇ ਮੰਨਾਂ ਹੋਣੀਆਂ ਤੇ ਫਿਰ ਅਸੀਂ ਧਰਨਾ ਲਾਵਾਂਗੇ ਅਸੀਂ ਬੰਦ ਕਰਾਂਗੇ ਆਪਣੀਆਂ ਗੱਡੀਆਂ ਟੈਕਸ ਪਰਮਿਟ ਤੁਹਾਨੂੰ ਪੈਣੀ ਡਏ ਉਹਦੇ ਜੋ ਕੁਝ ਹੋਣ ਡਿਆ ਸਾਡੇ ਨਾਲ ਹੋਣੀ ਆ ਅਜੇ ਸ਼ਮਸ਼ੇਰ ਸਿੰਘ ਜੀ ਕੀ ਗੱਲ ਹੋਈ ਜਿਹੜਾ ਧਰਨਾ ਦਿੱਤਾ ਗਿਆ ਜਿੱਥੇ ਇਹ ਰਾਜ 5-5 ਦਿਨ ਹੋ ਗਏ ਟਰੱਕ ਖੜਿਆਂ ਨੂੰ ਤੇ ਜਿਹੜੇ ਪਿੱਛੋਂ ਦੇ ਰੋਜ਼ ਦਾ ਰੋਜ਼ ਗੇੜਾ ਲਾਉਣ ਡੇ ਕਈ ਤੇ ਸਾਨੂੰ ਕਈਆਂ ਨੂੰ 5-5 ਦਿਨ 4-4 ਦਿਨ 2-2 ਦਿਨ ਹੋ ਗਏ ਆ ਧੱਕੇ ਨਾਲ ਵਾੜ ਲੈਂਦੇ 5-5, 4-4 ਬੰਦੇ ਹੁੰਦੇ ਆ ਜੇ ਵਿਗਾੜੀ ਹੋਈ ਆ ਕਿਸੇ ਨੂੰ ਆਖੀਦਾ ਤੇ ਅਗਲਾ ਗੱਲ ਪੈਂਦਾ ਉਸੇ ਵੇਲੇ ਕੀ ਮੰਗ ਕਰਦੇ ਜੀ ਹੁਣ ਮੰਗ ਇਹੋ ਹੀ ਆ ਵੀ ਇਨਸਾਫ਼ ਹੋਣਾ ਚਾਹੀਦਾ ਗੱਡੀਆਂ ਨੰਬਰ ਸਿਰ ਖਾਲੀ ਹੋਣ ਅਤੇ ਆਪਦਾ ਕਿਸੇ ਨਾਲ ਲੜਾਈ ਝਗੜਾ ਨਾ ਕਿਸੇ ਦਾ ਵੀ ਹੋਵੇ ਅਤੇ ਆਪਦਾ ਅੰਦਰ ਜਾਣ ਚੱਕਰ ਲੱਗਣ ਗੱਡੀਆਂ ਦੇ ਤੁਹਾਨੂੰ ਕਿੰਨਾ ਚਿਰ ਹੋ ਚੱਲਿਆ ਗੱਡੀ ਇੱਥੇ ਖਾਲੀ ਨਹੀਂ ਜਿਹੜੀ ਹੋ ਰਹੀ ਸਾਨੂੰ ਅੱਜ 3 ਦਿਨ ਹੋ ਗਿਆ ਜੀ ਕਈ ਜਾਂਦੇ ਇੱਥੇ
ਕਈ ਇੱਥੇ ਸੁਣਨ ਨੂੰ ਮਿਲਿਆ ਕਿ ਇੱਥੇ ਧੱਕਾਸ਼ਾਹੀ ਵੀ ਹੋ ਰਹੀ ਹੈ। ਹੋ ਰਹੀ ਬਹੁਤ ਜ਼ਿਆਦਾ ਜੀ, ਬਹੁਤ ਗੁੰਡਾਗਰਦੀ ਹੋ ਰਹੀ ਹੈ। ਜੇ ਮਾੜਾ ਜਿਹਾ ਕੋਈ ਆਉਂਦਾ ਤਾਂ ਉਹਦੇ ਗਲ ਪੈ ਜਾਂਦੇ 3-4 ਜਣੇ ਰਲ ਕੇ। ਕੀ ਮੰਗ ਕਰਦੇ ਹੁਣ? ਇੱਥੇ ਕਿਰਪਾਨਾ ਕਰਦੇ ਆ, ਡਾਂਗਾਂ ਕੱਢ ਲੈਂਦੇ ਉਸੇ ਵੇਲੇ। ਕੀ ਮੰਗ ਕਰਦੇ ਹੋ? ਮੰਗ ਇਸੇ ਕਰਕੇ ਕਰਦੇ ਆ ਵੀ ਮਹਾਰਾਜ ਚਲੋ ਕਿਸੇ ਦਾ ਵੀ ਲੜਾਈ ਝਗੜਾ ਨਾ ਹੋਵੇ ਤੇ ਆਪਦੇ ਨੰਬਰ ਸਿਰ ਗੱਡੀਆਂ ਤੁਰੀਆਂ ਹੋਣ ਤੇ ਨੰਬਰ ਸਿਰ ਖਾਲੀ ਕਰਨ। ਬੇਸ਼ੱਕ ਭਾਵੇਂ ਮੁਲਾਜ਼ਮ ਇੱਥੇ ਗੇਟ ਪਾਸ ਜਮ੍ਹਾਂ ਕਰ ਲੈਣ, ਗੇਟ ਪਾਸ ਦੇ ਨਾਲ ਗੱਡੀਆਂ ਸੱਦੀ ਜਾਣ। ਬੈਠਾ ਹੋਇਆ ਬੈਠੇ ਵੀ ਆ।